ਇਕਾ ਮਸਲਾ ਆ ਰਿਹਾ ਹੈ ਭੂਗ ਤੇ ਦਾਬਾ ਛੋਟੇ ਛੋਟੇ ਦੱਬੇ ਪੈਂਦੇ ਪਾਣੇ ਸਰਦੀ ਪੀਸੀ ਭੂਗ ਅਗਰ ਇਹ ਦੋਵੇਂ ਮਸਲੇ ਆਦੇ ਹੋਣ ਤੇ ਪਿਆਜ਼ ਸਪਰੇ ਨਾ ਕਰੋਗੇ ਤੇ ਤੁਹਾਡੀ ਇਹ ਜਾਨ ਨਹੀਂ ਛੁੱਟਣੀ ਤੁਹਾਡੀ ਫਸਲ ਖਰਾਬ ਹੋ ਜਾਗੀ ਬਿਮਾਰੀ ਤੋਂ پاک ਸੀ ਬਿਮਾਰੀ ਤੋਂ ਬਚੇ ਹੋਏ ਸੀ ਬੜੇ ਸਿਹਤਮੰਦ ਖੜੇ ਨੇ ਕਿਸੇ ਕਿਸਮ ਦਾ ਇਹਨਾਂ ਨੂੰ ਮਸਲਾ ਨਹੀਂ ਤੇ ਮਾਸ਼ੱਲਾ ਬਹੁਤ ਮੋਟਾ ਮੋਟਾ ਪਿਆਜ਼ ਖੜਾਇਆ ਹੈ ਬਿਮਾਰੀ ਦਾ ਹੱਲ ਜਿਹੜਾ ਹੈਗਾ ਹੈਪਨਰ ਟੱਕ ਅਸਲਾਮੁਅਲੈਕਮ ਕਾਸ਼ਕਰ ਭਰਾਓ ਅੱਜ ਦੇ ਇਸ ਵਲੌਗ ਦੇ ਵਿੱਚ ਅਸੀਂ ਪਿਆਜ਼ ਦੀ ਫਸਲ ਤੁਹਾਨੂੰ ਦਿਖਾਵਾਂਗੇ ਪਿਆਜ਼ ਨੂੰ ਇੱਕ ਮਸਲਾ ਆਉਂਦਾ ਪਿਆ ਉਹਦੇ ਬਾਰੇ ਅੱਜ ਤੁਹਾਡੇ ਦੋਸਤਾਂ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਜਿੰਨੇ ਵੀ ਕਿਸਾਨ ਭਾਈ ਮੇਰੇ ਚੈਨਲ ਤੇ ਨਵੇਂ ਨੇ ਮੇਰੇ ਦੋਸਤ ਸਾਡੇ ਚੈਨਲ ਤੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਜਿੰਨੀਆਂ ਵੀ ਸਾਡੀਆਂ ਵੀਡੀਓ ਫਸਲਾਂ ਦੇ ਮਤਲਬਕ ਜਾਂ ਸੌਲਤ ਦੇ ਮਤਲਬਕ ਹੁੰਦੀਆਂ ਨੇ ਉਹ ਤੁਹਾਨੂੰ ਟਾਈਮ ਨਾਲ ਮਿਲ ਸਕਣ। ਦੋਸਤੋ ਪਿਆਜ਼ 'ਚ ਇੱਕ ਮਸਲਾ ਆਂਦਾ ਪਿਆ ਭੂਗ ਤੇ ਦੱਬ ਪੈਂਦਾ ਪਿਆ। ਇੱਕ ਇੱਕ ਮਸਲਾ ਆ ਰਿਹਾ ਭੂਗ ਤੇ ਦੱਬਾ ਛੋਟੇ ਛੋਟੇ ਦੱਬੇ ਪੈਂਦੇ ਪੈਣੇ। ਤੇ ਬਹੁਤ ਸਾਰੇ ਦੋਸਤਾਂ ਨੇ ਮੈਸੇਜ ਤੇ ਕਾਲ ਆਈਆਂ ਸੀ ਕਿ ਭਾਈ ਜਾਨੇ ਇਹਦੇ ਬਾਰੇ ਦੱਸੋ ਕਿ ਨੂੰ ਕਿਹੜਾ ਜ਼ਹਿਰ ਇਸਤੇਮਾਲ ਕਰਨਾ ਚਾਹੀਦਾ। ਆਇਆ ਆ ਰਿਹਾ ਇੱਕ ਭੂਗ ਤੇ ਮਸਲਾ ਆ ਰਿਹਾ ਸੀ। ਇਹ ਸੜਦੀ ਪੀਸੀ ਪੂਗ ਅਗਰ ਇਹ ਦੋਵੇਂ ਮਸਲੇ ਆਦੇ ਹੋਣ ਤੇ ਪਿਆਜ਼ ਅਗਰ ਉਤੋਂ ਭੂਗ ਕਹਿੰਦੀ ਸੜਦੀ ਪੀਏ ਜਾਂ ਖਰਾਬ ਹੁੰਦੀ ਪੀਏ ਫਿਰ ਥੱਲੋ ਪਿਆਜ਼ ਮੋਟਾ ਨਹੀਂ ਹੋਣਾ ਕਿਉਂਕਿ ਜਦੋਂ ਉਹਨੂੰ ਖਰਾਕ ਹੀ ਨਹੀਂ ਮਿਲੇਗੀ ਤਾਂ ਉਹ ਪਿਆਜ਼ ਥੱਲੋ ਮੋਟਾ ਕਿਵੇਂ ਹੋਵੇਗਾ ਤੇ ਅੱਜ ਇਸ ਮਸਲੇ ਦੇ ਬਾਰੇ ਤੁਹਾਨੂੰ ਦੱਸਾਂਗੇ ਇਹਦੇ ਬਾਰੇ ਜਿਹੜੀ ਨਾ ਜ਼ਹਿਰ ਦੱਸਾਂਗੇ ਤੁਸੀਂ ਕਿਹੜਾ ਜ਼ਹਿਰ ਇਸਤੇਮਾਲ ਕਰਕੇ ਆਦੇ ਪਿਆਜ਼ ਦੀ ਫਸਲ ਤੋਂ ਇਸ ਬਿਮਾਰੀ ਤੋਂ ਜਾਨ ਛੁਡਾ ਸਕਦੇ ਜੇ ਅਗਰ ਤੁਸੀਂ ਇਸ ਬਿਮਾਰੀ ਤੋਂ ਜਾਨ ਛੁਡਾਣੀ ਹੈ ਤੇ ਜ਼ਾਹਰੀ ਗਾਲ ਨੂੰ ਸਪਰੇਅ ਕਰਨੀ ਪਾਈ ਅਗਰ ਸਪਰੇਅ ਨਾ ਕਰੋਗੇ ਤੇ ਤੁਹਾਡੀ ਇਹ ਜਾਨ ਨਹੀਂ ਛੁੱਟਣੀ ਤੁਹਾਡੀ ਫਸਲ ਖਰਾਬ ਹੋ ਜਾਗੀ ਇਹਨਾਂ 70 70000 ਦਾ ਫੀ ਏਕੜ ਦਾ ਬੀਜੇ ਅਗਰ ਤੁਸੀਂ ਫਿਰ ਹੁੰਦੇ ਤੇ ਬਾਕੀ ਅਖਰਾ ਜਾਤ ਨੇ ਅਗਰ ਤੁਸੀਂ ਇਹਨੂੰ ਕਵਰ ਨਹੀਂ ਕਰੋਗੇ ਸਪਰੇਅ ਨਹੀਂ ਕਰੋਗੇ ਤੇ ਤੁਹਾਡੇ ਪਿਆਜ਼ ਦੀ ਫਸਲ ਨਹੀਂ ਹੋਵੇਗੀ ਤੁਹਾਡਾ ਮਸਲਾ ਹੱਲ ਨਹੀਂ ਹੋਣਾ ਸਭ ਨੇ ਪਹਿਲੇ ਤੁਸੀਂ ਇਹ ਦੇਖ ਲਓ ਇਹ ਇੱਕ ਏਕੜ ਪਿਆਜ਼ ਦੀ ਫਸਲ ਹੈ ਇਹਦੇ ਪਿਆਜ਼ ਹੈ ਇਹਦੀ ਅੱਜ ਸਾਡੀ ਫੀਲਡ ਸੀ ਤੇ ਇੱਥੇ ਅਸੀਂ ਆਏ ਆ ਸਾਨੂੰ ਬੁਲਾਇਆ ਗਿਆ ਸੀ ਤੇ ਇਨਸ਼ਾਅੱਲਾ ਇਹ ਮਸਲੇ ਦਾ ਹੱਲ ਦੱਸਾਂਗੇ ਇਹਦੇ ਤੇ ਤੁਸੀਂ ਇਹ ਕਿਹੜਾ ਜ਼ਹਿਰ ਇਸਤੇਮਾਲ ਕਰ ਰਹੇ ਸੀ ਇੱਕ ਇਹਦੇ ਵਿੱਚ ਹੋਰ ਜੂਆਂ ਦਾ ਬੜਾ ਮਸਲਾ ਆ ਰਿਹਾ ਪਿਆ ਇਹਦੇ ਵਿੱਚ ਜਿਹੜੀ ਨਾ ਭੂਗ ਦੇ ਵਿੱਚ ਜੂਆਂ ਇਹਦਾ ਬੜਾ ਮਸਲਾ ਆ ਰਿਹਾ ਤੇ ਇਨਸ਼ਾਅੱਲਾ ਇਹ ਤਿੰਨੇ ਤੁਹਾਨੂੰ ਇਹਨਾਂ ਦੇ ਹੱਲ ਦੱਸਾਂਗੇ ਆ ਤੁਹਾਨੂੰ ਨਜ਼ਰ ਆ ਰਿਹਾ ਹੈ ਆ ਦੋਸਤੋ ਇਹ ਭੂਖ ਨੂੰ ਬਿਮਾਰੀ ਪਈ ਏ ਭੂਖ ਉਤੋਂ ਸੁੱਕ ਗਈ ਏ ਜਦੋਂ ਇਹਦੀ ਖੁਰਾਕ ਦਾ ਅਮਲ ਹੈ ਇਹਨੇ ਖੁਰਾਕ ਲੈਣੀ ਏ ਜਿੱਥੋਂ ਤੇ ਖੁਰਾਕ ਜੇ ਨਹੀਂ ਮਿਲੇਗੀ ਤੇ ਗੰਡਾ ਕਿਵੇਂ ਮੋਟਾ ਹੋਵੇਗਾ ਇਹ ਬਿਮਾਰੀ ਦਾ ਸ਼ਿਕਾਰ ਹੋਇਆ ਸੀ ਤੇ ਗੰਡਾ ਮੋਟਾ ਨਹੀਂ ਹੋਇਆ ਇਹ ਤੁਸੀਂ ਦੇਖ ਲਏ ਜੇ ਛੋਟਾ ਦਾ ਛੋਟਾ ਹੀ ਰਹਾ ਗਿਆ ਇਹ ਬਿਮਾਰੀ ਦਾ ਸ਼ਿਕਾਰ ਹੋ ਗਿਆ ਇਹਨੂੰ ਖੁਰਾਕ ਪੂਰੀ ਨਹੀਂ ਮਿਲੀ ਹੁਣ ਇਹਨੂੰ ਬਿਮਾਰੀ ਨਹੀਂ ਗਈ ਤੇ ਮਾਸ਼ਾਅੱਲਾ ਤੁਸੀਂ ਇਹ ਪਿਆਜ਼ ਵੇਖ ਲਓ ਕਿੱਡਾ ਸਿਹਤਮੰਦ ਮੋਟਾ ਤੇ ਲਾਲ ਸੁਰਖ ਇਹਨੂੰ ਬਿਮਾਰੀ ਨਹੀਂ ਹੈਗੀ ਐਸ ਪਿਆਜ਼ ਨੂੰ ਬਿਮਾਰੀ ਪੈ ਗਈ ਇਹ ਛੋਟਾ ਦਾ ਛੋਟਾ ਹੀ ਰਹਿ ਗਿਆ ਇਹਦੇ ਵਾਸਤੇ ਮਾਸ਼ਾਅੱਲਾ ਜੀ ਇਹ ਦੋਸਤੋ ਤੁਸੀਂ ਦੇਖ ਰਹੇ ਜੇ ਇਹ ਪਿਆਜ਼ ਜਿਹੜੇ ਬਿਮਾਰੀ ਤੋਂ ਪਾਕ ਸੀ ਬਿਮਾਰੀ ਤੋਂ ਬਚੇ ਹੋਏ ਸੀ ਬੜੇ ਸਿਹਤਮੰਦ ਖੜੇ ਨੇ ਕਿਸੇ ਕਿਸਮ ਦਾ ਇਹਨਾਂ ਨੂੰ ਮਸਲਾ ਨਹੀਂ ਤੇ ਮਾਸ਼ਾਅੱਲਾ ਬਹੁਤ ਮੋਟਾ ਮੋਟਾ ਪਿਆਜ਼ ਖੜਾ ਹੈ ਇਹ ਜਿਹੜੀ ਭੂਗ ਨੂੰ ਚਲਸਾਉ ਪੈਂਦਾ ਇਸ ਬਿਮਾਰੀ ਦਾ ਹੱਲ ਜਿਹੜਾ ਹੈਗਾ ਹੈਪਨੋਟਕ ਬਾਗਬਾਨ ਕੰਪਨੀ ਦਾ ਹੈਪਨੋਟਕ ਜਾਂ ਡਿਬੇਟ ਦੇ ਨਾਮ ਤੋਂ ਇਹ ਜਿਹੜੀ ਨਾ ਦਵਾਈ ਇਹਨੂੰ ਕਵਰ ਕਰਦੀ ਹੈ ਅਲਹਮਦੁਲਿਲਾ ਅਸੀਂ ਇੱਥੇ ਆਪਣੀ ਫੀਲਡ 'ਚ ਕਰਾਈ ਸੀ 80% ਦਾ ਰਿਜ਼ਲਟ ਅਸੀਂ ਹੈਪਨੋਟਕ ਦਾ ਲਿਆ ਹੈ ਤੇ ਅੱਜ ਇਨਸ਼ਾਅੱਲਾ ਦੁਬਾਰਾ ਆਏ ਆ ਆ ਕੇ ਵੀਡੀਓ ਬਣਾਈਏ ਕਿ ਦੋਸਤਾਂ ਨੂੰ ਦੱਸਿਆ ਜਾਏ ਤੇ ਤੁਸੀਂ ਆ ਜਿਹੜੀ ਬਿਮਾਰੀ ਚਲਸਾਉ ਪੈਂਦਾ ਪਿਆ ਭੂਖ ਛੜਦੀ ਪੀਏ ਹੈਪਨੋਟੈਕ ਦਾ ਸਪਰੇਅ ਕਰੋ ਤੇ ਆਪਦੀ ਜਿਹੜੀ ਨਾ ਪਿਆਜ਼ ਦੀ ਫਸਲ ਨੂੰ ਬਚਾਓ ਦੂਸਰੇ ਇੰਦੇ ਚ ਜ਼ਹਿਰ ਅਸੀਂ ਦੱਸ ਸਕਦੇ ਨੇ ਆ ਅਗਰ ਤੁਸੀਂ ਦੂਜੀਆਂ ਵੀ ਕੰਪਨੀਆਂ ਦਾ ਅਗਰ ਤੁਹਾਨੂੰ ਇਹ ਨਹੀਂ ਮਿਲਦਾ ਦੂਸਰੀ ਕੰਪਨੀ ਦਾ ਵੀ ਤੁਸੀਂ ਲੈ ਕੇ ਨੂੰ ਇਸਤੇਮਾਲ ਕਰ ਸਕਦੇ ਜੇ ਇੰਦੇ ਚ ਪੈਰਾਕਲੋਸਟੋਬਨ ਦੇ ਡਾਈ ਮੈਥੋਡ ਮਾਫ ਇੰਦੇ ਵਿੱਚ ਜ਼ਹਿਰ ਹੈ ਅਗਰ ਤੁਹਾਡੇ ਪਿਆਜ਼ ਦੀ ਭੂਖ ਛੜਦੀ ਪੀਏ ਦਾਬਾਂ ਦੇ ਪੈਨੇ ਤੁਸੀਂ ਡਾਈ ਮੈਥੋਡ ਮਾਫ ਪੈਰਾਕਲੋਸਟੋਬਨ ਇਹ ਤੁਸੀਂ ਜ਼ਹਿਰ ਲਿਆ ਕੇ ਸਪਰੇਅ ਕਰ ਸਕਦੇ ਜੇ ਭੂਗ ਦੀ ਚਸਾਓ ਪਿਆਜ਼ ਦੀ ਭੂਗ ਦੀ ਚਸਾਓ ਨੂੰ ਕਵਰ ਕਰ ਸਕਦੇ ਜੇ ਤੇ ਇਨਸ਼ਾਅੱਲਾ 100% ਕਵਰ ਹੋਵੇਗਾ ਤੇ ਬਿਮਾਰੀ ਤੋਂ ਤੁਹਾਨੂੰ ਜਾਨ ਛੁੱਟ ਜਾਏਗੀ ਜਿੱਦੋਂ ਬਿਮਾਰੀ ਤੋਂ ਜਾਨ ਛੁੱਟ ਜਾਏਗੀ ਇਨਸ਼ਾਅੱਲਾ ਜਿਹੜਾ ਪੌਦਾ ਉਤੋਂ ਭੂਗ ਤੋਂ ਖਰਾਗ ਲੈਗਾ ਪਿਆਜ਼ ਜ਼ੈਰੀ ਵਾਲ ਗੱਲ ਹੈ ਮੋਟਾ-ਮੋਟਾ ਪਿਆਜ਼ ਖੁਦ ਬਾਖੁਦ ਆਟੋਮੈਟਿਕਲੀ ਹੁਣਾ ਹੋ ਜਾਏਗਾ ਕਿਉਂਕਿ ਬਿਮਾਰੀ ਤੋਂ ਨਿਕਲ ਜਾਏਗਾ ਬਾਕੀ ਜਿਹੜੀ ਇਹਦੇ ਵਿੱਚ ਜੂੰ ਜੀ ਹੁੰਦੀ ਏ ਇਹ ਤੁਸੀਂ ਬਾਹਰ ਦਾ ਓਬੀ ਰਾਨ ਲਿਆ ਕੇ ਕਰ ਸਕਦੇ ਜੇ ਬਾਹਰ ਦਾ ਉਬੀਰ ਵਾਲਿਆ ਕਰੋ ਅਜੂਂ ਥ੍ਰਿਪਸ ਜਿਹੜੀ ਪਿਆਜ਼ ਹੀ ਇਨਸ਼ਾਅੱਲਾ ਇਹ ਵੀ ਖਤਮ ਹੋ ਜਾਏਗੀ ਤੇ ਬਾਕੀ ਅ ਅੱਲਾਹ ਪਾਕ ਖੈਰ ਕਰੇ ਐਸਾ ਫਾ ਰੇਟ ਵੀ ਬਹੁਤ ਜ਼ਿਆਦਾ ਹੈ ਪਿਆਜ਼ ਦਾ ਅਲਹਮਦੁਲਿਲਾ ਮੌਕੇ ਤੇ 2250 ਰੁਪਏ ਕਿਲੋ ਜਿਹੜਾ ਪਿਆਜ਼ ਵੇਖਦਾ ਪਿਆ ਮੀਰੇ ਦੋਸਤਾਂ ਨੂੰ ਸਾਡੀ ਵੀਡੀਓ ਅੱਛੀ ਲੱਗੀ ਏ ਅੱਛੀ ਲੱਗੀ ਏ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਬੈਲ ਦੇ ਬਟਨ ਨੂੰ ਦਬਾਉਣਾ ਹੈ ਅੱਲਾਹ ਹਾਫਿਜ਼